ਪੰਜਾਬ ਸਰਕਾਰ ਦਾ ਨਵਾਂ ਨੋਟੀਫਿਕੇਸ਼ਨ, ਫੈਸਲੇ ਤੇ ਮੋਹਰ। ਗਣਤੰਤਰ ਦਿਵਸ ਮੌਕੇ ਤਨਖਾਹਾਂ ਦੇ ਵਿੱਚ ਮੁੜ ਜੁੜੇਗੀ ਇੱਕ ਹੋਰ ਡੀਏ ਦੀ ਕਿਸ਼ਤ। ਸੰਘਰਸ਼ ਨੂੰ ਪਿਆ ਪੂਰ, ਮੁਲਾਜ਼ਮਾਂ ਦੇ ਲੰਬੇ ਸਮੇਂ ਦੀ ਆਸ ਪੂਰੀ। ਡੀਏ 38 ਤੋਂ 42%, 4% ਡੀਏ ਦੇ ਵਿੱਚ ਮੁੜ ਵਾਧਾ। ਕੀ ਆਈ ਨਵੀਂ ਅਪਡੇਟ, ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ। ਸਵਾਗਤ ਹੈ ਕਿ ਮੁਲਾਜ਼ਮਾਂ ਦਾ ਜੋ ਤਿੱਖਾ ਸੰਘਰਸ਼, 2.90 ਗੁਣਾਂਕ ਡੀਏ ਏਰੀਅਰ ਸੰਬੰਧੀ ਅਤੇ ਡੀਏ ਦੇ ਵਿੱਚ ਵਾਧੇ ਸੰਬੰਧੀ ਹੈ। ਦੱਸ ਦਈਏ ਕਿ ਉਸ ਸੰਬੰਧੀ ਜਿਹੜੀ ਫਾਈਲ ਹੈ ਸੀਐਮ ਮਾਨ ਦੇ ਕੋਲ ਪਹੁੰਚ ਗਈ ਹੈ। ਕਾਨਫਰੰਸ ਦੌਰਾਨ ਮੁਲਾਜ਼ਮਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਾਰੇ ਮੁੱਦਿਆਂ ਨੂੰ ਸੀਐਮ ਮਾਨ ਸਾਹਮਣੇ ਜਿਹੜਾ ਅਗਲੀ ਮੀਟਿੰਗ ਦੇ ਵਿੱਚ ਰੱਖਿਆ ਜਾਵੇਗਾ ਅਤੇ ਇੱਕ ਮੰਚ 'ਤੇ ਇਕੱਠੇ ਹੋ ਕੇ ਮਾਨ ਸਰਕਾਰ ਸਾਹਮਣੇ ਆਪਣੀਆਂ ਜਿਹੜੀਆਂ ਮੰਗਾਂ ਨੂੰ ਹੈ ਉਹਨਾਂ 'ਤੇ ਵਿਚਾਰ ਚਰਚਾ ਜਿਹੜੀ ਹੈ ਰੱਖੀ ਜਾਏਗੀ ਤਾਂ ਜੋ ਵੋਟਾਂ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਹੱਲ ਹੈ ਹੋ ਸਕੇ। ਦੂਜੇ ਪਾਸੇ ਵਿੱਤ ਮੰਤਰੀ ਵੱਲੋਂ ਵੀ ਜਿਹੜੀ ਆਸ ਦਿਖਾਈ ਜਾ ਰਹੀ ਹੈ ਕਿ ਵੱਡੀ ਖੁਸ਼ਖਬਰੀ ਮੁਲਾਜ਼ਮਾਂ ਨੂੰ ਜਲਦ ਹੀ ਜਾਰੀ ਹੋਵੇਗੀ। ਹੁਣ ਦੇਖਣਾ ਹੋਵੇਗਾ ਕਿ ਗਣਤੰਤਰ ਦਿਵਸ ਮੌਕੇ ਪੰਜਾਬ ਸਰਕਾਰ ਮੁਲਾਜ਼ਮਾਂ ਸੰਬੰਧੀ ਕੋਈ ਫੈਸਲਾ ਜਿਹੜਾ ਹੈ ਉਸ 'ਤੇ ਮੋਹਰ ਲਗਾ ਸਕਦੀ ਹੈ ਕਿ ਮੁਲਾਜ਼ਮਾਂ ਨੂੰ ਮੁੜ 4% ਦਾ ਹੋਰ ਡੀਏ ਦੇ ਵਿੱਚ ਵਾਧਾ ਵੋਟਾਂ ਤੋਂ ਪਹਿਲਾਂ ਅਤੇ ਇਸ ਮਹੀਨੇ ਜਿਹੜਾ ਜਾਰੀ ਹੋ ਸਕਦਾ ਹੈ। ਜਿਵੇਂ ਹੀ ਇਸ ਨਾਲ ਸੰਬੰਧਿਤ ਕੋਈ ਤਾਜ਼ਾ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਹੈ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਦੇ ਰਹਾਂਗੇ। ਸੋ ਇਸ ਵੀਡੀਓ ਵਿੱਚ ਇੰਨਾ ਹੀ। ਧੰਨਵਾਦ।